ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੀਆਂ ਵੀਡੀਓ ਇਸ ਤਰ੍ਹਾਂ ਭਾਈ ਚਾਂਦੀ ਮਹਿਰ ਦੀ ਵੀਡੀਓ ਅੱਗੇ ਵੀ ਵੀਡੀਓ ਤੁਸੀਂ ਵੇਖਦੇ ਪਏ ਕਿਹਨਾਂ ਦੀ ਵੀਡੀਓ ਜਿਹੜੀ ਹੈ ਨਾ ਇਹ ਅਪਲੋਡ ਹੁੰਦੀ ਪਈ ਹੈ। ਬਾਕੀ ਵੀਡੀਓ ਦਾ ਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਇਹਨਾਂ ਦਾ ਜਨਾਬ ਵਜ਼ੀਰਾਬਾਦ ਦੇ ਔਰ ਸਟਾਫ ਜਿਹੜਾ ਹੈ ਨਾ ਇਹਨਾਂ ਦਾ ਜਨਾਬ ਸੋਧਰਾ ਲੋਕੇਸ਼ਨ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾਵਣਾ ਹੋਵੇ ਵਜ਼ੀਰਾਬਾਦ ਤੋਂ ਜਿਹੜਾ ਰੋਡ ਨਿਕਲਦਾ ਇਹਨਾਂ ਸਿਆਲਕੋਟ ਵਾਲਾ ਉਸ ਰੋਡ ਦੇ ਉੱਤੇ ਆਉਣਾ ਤੇ ਅੱਗੇ ਤਕਰੀਬਨ ਜਿਹੜਾ ਨਾ 3 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹਨਾਂ ਦਾ ਸਟਾਫ ਆਉਂਦਾ ਇਹ ਇਹਨਾਂ ਦੀ ਲੋਕੇਸ਼ਨ ਡੇਰਾ ਜਿਹੜਾ ਹੈ ਨਾ ਇਹਨਾਂ ਦਾ ਜਨਾਬ ਫਲਾਈ ਵਾਲਾ। ਬਾਕੀ ਨੰਬਰ ਜਿਹੜਾ ਉਹ ਭਾਈ ਚਾਂਦੀ ਦਾ ਸਕਰੀਨ ਤੇ ਲੱਗ ਜਾਣਾ ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ ਲੋਕੇਸ਼ਨ ਜਿਹੜੀ ਹੈ ਨਾ ਉਹ ਇਹਨਾਂ ਕੋਲ ਵਟਸਐਪ ਤੇ ਮੰਗਾ ਲੈਣੀ ਹੈ। ਬਾਕੀ ਜਿਹੜੀ ਗੱਲਬਾਤ ਇਹਨਾਂ ਡੰਗਰਾਂ ਦੇ ਉਹ ਸਾਨੂੰ ਚੱਲੋ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਇਹਨਾਂ ਕੋਲ ਪੁੱਛ ਲਾਂਦੇ ਕਿਉਂਕਿ ਅੱਜ ਵਾਲੀ ਜਿਹੜੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਜਨਾਬ ਜੋੜਾ ਝੋਟੀਆਂ ਦਾ ਭਰਾਵਾਂ ਨੂੰ ਤੱਕਣਾ ਹੈ ਝੋਟੀਆਂ ਵੇਖ ਲੈਣੀਆਂ ਨੇ। ਅਗਲੀ ਗੱਲਬਾਤ ਜਿਹੜੀ ਇਹਨਾਂ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ। ਵਾਰਾ ਜੀ ਬੁੱਧੇ ਤਾਰੀਖ ਬਣਦੀ ਹੈ 2/10/2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿਲਾ ਤੱਕੇ ਜਿਹੜਾ ਨਾ ਵੀਡੀਓ ਕਰਨੇ ਆ ਜੀ। ਚਲੋ ਅਸਲਾਮੁਅਲੈਕਮ ਜੀ। ਵਾਲੇਕਮ ਸਲਾਮ ਜੀ ਭਾਈ ਜਾਨ ਜੀ ਕੀ ਹਾਲ ਨੇ? ਅੱਲਾ ਪਾਕ ਦਾ ਸ਼ੁਕਰ ਹੈ ਭਾਈ ਜਾਨ ਜੀ ਤੁਸੀਂ ਸੁਣਾਓ ਕੀ ਹਾਲ ਨੇ? ਸਿਹਤ ਵੀ ਹੈ ਠੀਕ ਜੀ ਅੱਲਾ ਪਾਕ ਦਾ ਬੜਾ ਸਾਥ। ਲੋ ਜੀ ਭਾਈ ਚੰਦੀ ਦੋ ਨੇ ਨਾ ਝੋਟੀਆਂ ਜਿਹੜੀਆਂ ਜੀ ਦੋਵੇਂ ਝੋਟੀਆਂ ਦੋਵੇਂ ਸੋਈਆਂ ਨੇ ਦੋਵੇਂ ਸੋਈਆਂ ਵੈਰੀ ਗੁੱਡ ਜਨਾਬ। ਲੋ ਜੀ ਝੋਟੀਆਂ ਨੇ ਦੋਵੇਂ ਜਿਹੜੀਆਂ ਨੇ ਵੇਖ ਲੈਣੀਆਂ ਨੇ ਭਰਾਵਾਂ ਨੇ। ਅਗਲੀ ਗੱਲਬਾਤ ਜਿਹੜੀ ਇਹਨੂੰ ਨਸੀਬਾਂ ਦੀ ਜਿਹੜੇ ਜਿਹੜੇ ਭਰਾ ਦੇ ਪਸੰਦ ਆਈ ਨਾ ਉਹਨਾਂ ਜਨਾਬ ਨਾਲ ਰਾਬਤਾ ਕਰ ਲੈਣਾ। ਤੇ ਭਾਈ ਚੰਦੀ ਇੱਕ ਵਾਰੀ ਨੰਬਰ ਬੋਲੋ ਜਿਹੜਾ ਸਕਰੀਨ ਤੇ ਲਾਣਾ ਜੇ 0316-87-36-298 ਭਾਈ ਜੀ ਨੇ ਵੀ ਦੇਸ਼ ਵਿਚ ਪ੍ਰਦੇਸ਼ ਵਿਚ ਸਾਡੇ ਚੈਨਲ ਨਾਲ ਜੁੜੇ ਨੇ ਸਾਡੇ ਨਾਲ ਤਾਮਨ ਕਰਦੇ ਨੇ ਬੜਾ ਸ਼ੁਕਰੀਆ ਜਨਾਬ ਉਹਨਾਂ ਦਾ ਹੱਸਦੇ ਰਹਿਣ ਵਸਦੇ ਰਹਿਣ ਬੜੀ ਮਿਹਰਬਾਨੀ ਵੀਡੀਓ ਤੱਕਦੇ ਰਹਿਣ ਤੇ ਭਾਈਆਂ ਦੇ ਗੁਜ਼ਾਰਿਸ਼ ਹੈ ਕਿ ਵੀਡੀਓ ਸਲਿਪ ਨਾ ਕਰਨ ਗੱਲ ਵੈਰੀ ਗੁੱਡ ਜਨਾਬ। ਸਾਰੀ ਵੀਡੀਓ ਵੇਖਣ ਤਸੱਲਾ ਨਾਲ ਤੇ ਮਜ਼ਾ ਆਵੇ ਦਾ ਇਨਸ਼ਾਅੱਲਾ। ਮਾਲ ਵੀ ਵੇਖਣਾ ਮੁੱਲ ਵੀ ਵੇਖਣਾ ਭਰਾਵਾਂ ਨੂੰ ਚੰਗੀਆਂ ਲੱਗਣ ਕੁਛ ਵੀ ਨਹੀਂ ਚਾਹੀਦਾ ਥੱਲੇ ਮਾਸ਼ਾਅੱਲਾ ਦਾ ਕਮੈਂਟ ਕਰ ਦੇਣ ਮਦੀਨੇ ਤੱਕ ਆ ਦੀਆਂ ਨਾਲ ਖੁਸ਼ ਰਹੋ ਬਾਬਾ ਜਨਾਬ। ਲੋ ਜੀ ਕਰੀਏ ਵੀਡੀਓ ਸ਼ੁਰੂ ਜੀ ਇਨਸ਼ਾਅੱਲਾ। ਨੰਬਰ ਇੱਕ ਤੇ ਹੀ ਲਾਣੀ ਹੈ ਜੀ ਇਹੀ ਲਾ ਲਓ। ਲੋ ਜੀ ਖੋਲੋ ਜੀ ਝੋਟੀ ਨੰਬਰ ਜਿਹੜੀ ਇਹਨਾਂ ਜੀ ਇੱਕ ਬਲਾਲ ਤਕਾਇਦ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਇਨਸ਼ਾਅੱਲਾ ਇੱਕ ਇੱਕ ਜਾ ਕੇ ਭਾਈ ਚਾਂਦੀ ਕੋ ਪੁੱਛ ਲੈਣੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦੋ ਹੀ ਜਨਾਬ ਝੋਟੀਆਂ ਜਿਹੜਾ ਹੈ ਨਾ ਇਹ ਲੱਗਣੀਆਂ ਨੇ। ਝੋਟੀ ਨੰਬਰ ਜਿਹੜੀ ਹੈ ਨਾ ਇੱਕ ਮਾਸ਼ਾਅੱਲਾ ਜਨਾਬ ਝੋਟੀ ਆ ਗਈ ਹੈ ਕੈਮਰੇ ਦੇ ਸਾਹਮਣੇ ਵਿੱਚ ਜਗਾਠ ਹਾਈਟ ਵੇਲ ਮਾਸ਼ਾਅੱਲਾ ਜਨਾਬ ਝੋਟੀ ਦੀ ਚੈੱਕ ਕਰਨੀ ਹੈ। ਔਰ ਫਿਰ ਇੱਕ ਗੱਲ ਹੈ ਨਾ ਭਾਈ ਚਾਂਦੀ ਇੰਨੀ ਹਾਈਟ ਵਾਲੀਆਂ ਵੇਲ ਵਾਲੀਆਂ ਘੱਟ ਝੋਟੀਆਂ ਦਿਸਦੀਆਂ ਨੇ ਕਿਧਰੇ ਕਿਧਰੇ ਭਾਈ ਸ਼ਾਹ ਤੁਹਾਡਾ ਤੇ ਕੰਮ ਹੀ ਰੋਜ਼ ਇਹ ਨੇ ਜੀ ਕਿਧਰੇ ਕਿਧਰੇ ਦਿਸਦੀਆਂ ਮਾਸ਼ਾਅੱਲਾ ਜਨਾਬ। ਲੋ ਜੀ ਵੇਲ ਚੰਗੀ ਜੇ ਹਾਈਟ ਚੰਗੀ ਹੈ ਥਣ ਚੰਗਾ ਫਿਰ ਅੱਖਾਂ ਦੋਵੇਂ ਜਿਹੜੀਆਂ ਨੇ ਨਾ ਇਹ ਝੋਟੀ ਦੀਆਂ ਜਨਾਬ ਇੱਕੋ ਜਿਹੀਆਂ ਸਫੇਦ ਚਿੱਟੀ ਅੱਖ ਛੱਲੇ ਵਾਲੇ ਔਰ ਮਾਸ਼ਾਅੱਲਾ ਜਨਾਬ ਪੁੱਠਾ ਤੇ ਠੁੱਡਾ ਔਰ ਫਿਰ ਚੰਨੀਆਂ ਦੀ ਨਿਸ਼ਾਨੀ ਜਿਹੜੀ ਹੈ ਨਾ ਇਹ ਜਨਾਬ ਝੋਟੀ ਦੇ ਲਿਬਾਸ ਤੇ ਵੀ ਚੈੱਕ ਕਰਨੀ ਹੈ। ਧੁੰਨੀ ਕੋਲੀ ਜਿਹੜੀ ਹੈ ਨਾ ਇਹ ਝੋਟੀ ਦੀ ਜਨਾਬ ਚੈੱਕ ਕਰਨੀ। ਲੋ ਜੀ ਭਾਈ ਚੰਦੀ ਸੁਬਾਹ ਕੀ ਲਿਆ ਜੇ ਝੋਟੀ ਨੇ ਦੂਜਾ ਸੁਬਾਹ ਲਿਆ ਭਾਈ ਚੰਦ ਝੋਟੀ ਨੇ ਠੀਕ ਹੈ ਮੂੰਹ ਜਵਾਨ ਹੈ
ਠੀਕ ਹੋ ਗਿਆ ਜਨਾਬ। ਲੋ ਜੀ ਦੂਜਾ ਸੂਬਾ ਜਨਾਬ ਇਸ ਝੋਟੀ ਨੇ ਲਿਆ ਤੇ ਮਗਰ ਬੱਚਾ ਘੇਰੇ ਦੇ ਮਗਰ ਜਾਂ ਕੱਟਾ। ਲੋ ਜੀ ਮਗਰ ਦੇ ਕੱਟਾ ਤੇ ਫਿਰ ਪੈਚਣ ਦੀ ਚੁਆ ਕਿਆਸਾ ਝੋਟੀ ਦਾ ਬੱਚਾ ਛੱਡ ਕੇ ਚੁਆ ਇਹ ਭਰਾਵਾਂ ਨੂੰ ਜਨਾਬ ਤਕਾ ਸਾਡੇ ਚਲੋ ਤਾਂ ਕਿ ਇਹਦੀ ਚੁਆਈ ਵੈਸੇ ਵੀ ਵੀਡੀਓ ਤੋਂ ਬਾਅਦ ਕਰਨੀ ਭਰਾ ਨੂੰ ਆਕਾ ਸਰੇ ਜੀ ਬਿਲਕੁਲ ਜਨਾਬ ਆਪਣੀ ਜੇ ਕੋਈ ਭਰਾ ਮੌਕਿਆਂ ਤੇ ਨਹੀਂ ਨਾ ਸਕਦਾ ਉਹਨੇ ਜਨਾਬ ਵੀਡੀਓ ਦੇ ਵਿੱਚ ਜਿਹੜਾ ਨਾ ਆਪਣੀ ਤਸੱਲੀ ਕਰ ਲੈਣੀ ਲੋ ਜੀ ਬਲਾਲ ਬਾਬੂ ਇੱਥੇ ਇੱਕ ਵਾਰੀ ਲਿਬਾਸ ਹਨ ਔਰ ਮਾਸ਼ਾਅੱਲਾ ਜਨਾਬ ਜਿਹੜਾ ਮੁਕੰਮਲ ਤਕਾ ਭਰਾਵਾਂ ਨੂੰ ਫੜਨਾ ਤਾਂ ਕਿ ਵਹਾਨ ਵਿੱਚ ਚੱਕ ਜਿਹੜਾ ਨਾ ਇਹ ਨਹੀਂ ਛੱਡਣਾ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਮਗਰ ਕੱਟਿਆ ਨਾ ਲੋ ਜੀ ਮਗਰ ਇਹਦੇ ਕੱਟਾ ਪੈਚਣ ਦੀ ਕਿੰਨੇ ਕੁ ਦਿਨ ਹੋ ਗਏ ਝੋਟੇ ਸੋਏ ਆ ਝੋਟੀ ਮੈਲਾ ਮੁਲਾ ਸੱਟ ਕੇ ਵਿਹਲੀ ਹੋ ਬੈਠੀ ਸੁਬਹ ਤਰਾਵੇ ਮੁਕੰਮਲ ਹੋ ਗਏ ਲੋ ਜੀ ਦੁੱਧ ਦੇ ਲੱਗ ਗਏ ਦੁੱਧ ਦੇ ਠੁੱਟ ਗਈ ਵੈਰੀ ਗੁੱਡ ਜਨਾਬ ਸੁਬਹ ਤਰਾਵੇ ਤੇ ਮੁਕੰਮਲ ਨੇ ਦੁੱਧ ਦੇ ਜਿਹੜਾ ਇਹ ਜਨਾਬ ਝੋਟੀ ਲੱਗੀ ਹੈ ਵੰਗਾ ਲਾਂਦੀ ਹੋ ਸੁਣਾ ਵੰਗਾ ਲਾ ਲਈਦਾ ਵੰਗਾ ਨਾ ਮਿਲਾ ਵਾ ਤੁਹਾਡੇ ਸਾਹਮਣੇ ਮੈਂ ਕੋਨੇ ਫੇਰ ਵੀ ਵੰਗਾ ਟੰਗਣ ਦਾ ਚੰਗਾ ਹੁੰਦਾ ਵੈਰੀ ਗੁੱਡ ਜਨਾਬ ਵੰਗਾ ਜ਼ੇਵਰ ਹੁੰਦਾ ਦੇਵਰ ਔਰ ਡੰਗਰ ਨੂੰ ਵੰਗਾ ਲਾਣਾ ਸੁਨਤ ਹੈ ਲਾਣਾ ਚਾਹੀਦਾ ਵੰਗਾ ਜਿਹੜਾ ਨਾ ਲੋ ਜੀ ਵੰਗੇ ਝੋਟੀ ਲੱਗੀ ਹੈ ਲਾ ਲਓ ਜਨਾਬ ਤਰੇਵੇ ਮੁਕੰਮਲ ਨੇ ਦੁੱਧ ਦੇ ਜਨਾਬ ਇਹ ਝੋਟੀ ਜਿਹੜਾ ਨਾ ਇਹ ਲੱਗ ਗਈ ਹੈ ਤੇ ਭਾਈ ਚਾਹੁੰਦੀ ਨੇ ਕਿਹਾ ਕਿ ਚੁਆਈ ਇਹ ਝੋਟੀ ਦੀ ਜਨਾਬ ਚੰਗੀ ਹੈ ਚੁਆਈ ਜਿਹੜੀ ਹੈ ਨਾ ਝੋਟੀ ਦੇ ਭਰਾਵਾਂ ਨੂੰ ਜਨਾਬ ਤਕਾਸਣੀ ਹੈ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਤੇ ਮਜ਼ੀਦ ਦੁੱਧ ਜਿਹੜਾ ਨਾ ਉਹ ਭਾਈ ਜਾਨੀ ਕੋ ਪੁੱਛ ਲਾਂਦੇ ਕਿ ਹਾਜ਼ਰ ਮੌਕਿਆ ਇਸ ਝੋਟੀ ਕੋਲੇ ਜਨਾਬ ਕਿੰਨਾ ਦੁੱਧ ਹੈ ਜਿਹੜੀ ਕਿਸੇ ਭਰਾ ਨੂੰ ਵੀ ਸਵੇਰੇ ਸ਼ਾਮੀ ਜਿੱਥੋਂ ਵੀ ਕੋਈ ਆਵੇ ਨਾ ਆ ਕੇ ਆਪਣੇ ਜਨਾਬ ਦੋ ਟਾਈਮ ਤਿੰਨ ਟਾਈਮ ਆਪਣੀ ਆ ਕੇ ਤਸੱਲੀ ਕਰੇ ਤੇ ਫਿਰ ਚੁਆਈ ਪੂਲੀ ਹੋਵੇਗੀ ਬਿਲਕੁਲ ਪੋਲੀ ਭਾਈ ਸ਼ਾਹ ਨਾ ਕੋਈ 10-12 ਸਾਲ ਦਾ ਬੱਚਾ ਵੀ ਚੋਦ ਰਿਹਾ ਜੀ ਠੀਕ ਹੋ ਗਿਆ ਜਨਾਬ ਭਾਵੇਂ ਬੱਚਾ ਵੀ ਪਿਆ ਕੇ ਜਿਹੜਾ ਨਾ ਇਹ ਝੋਟੀ ਦੀ ਜਨਾਬ ਚੁਆਈ ਕਰੇ ਪਸੰਦ ਗਈ ਹੈ ਝੋਟੀ ਜਿਹੜਾ ਨਾ ਬੱਚਾ ਬੰਨ ਕੇ ਜਨਾਬ ਇੱਕ ਇੱਕ ਧਾਰ ਮਾਰ ਕੇ ਨਾ ਚੋਹਾ ਥਾਣਾ ਜੋ ਮੁੜ ਕੇ ਜਨਾਬ ਮੁਕੰਮਲ ਇਹ ਚੁਆਈ ਤਾਂ ਸ਼ੁਰੂ ਕਰ ਦੇਣੀ ਹੈ ਪਹਿਲਾਂ ਤਾਂ ਕਿ ਚੁਆ ਜਿਹੜਾ ਨਾ ਇਹ ਭਰਾਵਾਂ ਨੇ ਜਨਾਬ ਚੈੱਕ ਕਰ ਲੈਣਾ ਉੱਥੇ ਬੱਚਾ ਅੱਗੇ ਬੰਨੋ ਫਿਰ ਜਿਹੜਾ ਨਾ ਝੋਟੀ ਦੇ ਅਗਲੇ ਸਾਈਡ ਦੇ ਬੱਚਾ ਬੰਨ ਫੜੋ ਤੋ ਚੁਆ ਜਿਹੜਾ ਠੀਕ ਹੈ ਓਕੇ ਜਨਾਬ ਮਾਸ਼ਾਅੱਲਾ ਖੋਲੇ ਹਾਲ ਵੈਰੀ ਗੁੱਡ ਜਨਾਬ ਮੋਟੀ ਚੁਆਈ ਹੋਵੇਗੀ ਲੋ ਜੀ ਜੋੜੀ ਪਕੜ ਕੇ ਜਿਹੜਾ ਨਾ ਚੋੜੀ ਜਨਾਬ ਸ਼ੁਰੂ ਕਰ ਦੋ ਜਾਂ ਗਾੜੀ ਦੇ ਜਾਂ ਪਛਾੜੇ ਇਹਦੀ ਚੁਆਈ ਜਨਾਬ ਵੇਖ ਲਈ ਹੈ ਭਰਾਵਾਂ ਨੇ ਮੁਕੰਮਲ ਜਨਾਬ ਜਿਸ ਤਰ੍ਹਾਂ ਖਾਣੇ ਇੰਜ ਜਿਹੜਾ ਨਾ ਭਾਈ ਸ਼ਾਹ ਨੇ ਤੁਹਾਨੂੰ ਆਖਿਆ ਛੋਟੀ ਵਰਗੀ ਚੁਆਈ ਹੋਵੇਗੀ ਮੋਟੀ ਜੀ ਬਿਲਕੁਲ ਉਹ ਤੇ ਜਨਾਬ ਸਾਹਮਣੇ ਆ ਗਈ ਹੈ ਲੋ ਜੀ ਇਹਦਾ ਫਿਰ ਮੁੱਲ ਜਿਸੇ ਚੁਆਈ ਮੁਕੰਮਲ ਹੁੰਦੀ ਹੈ ਨਾ ਫਿਰ ਦੁੱਧ ਜਨਾਬ ਪੁੱਛ ਕੇ ਤੇ ਮੁੱਲ ਜਿਹੜਾ ਨਾ ਇਹਦਾ ਪੁੱਛ ਲੈਣੇ ਕੋਲੋਂ ਜੀ ਅੱਗੇ ਜਨਾਬ ਝੋਟੀ ਜਿਹੜੀ ਹੈ ਨਾ
ਮੁਕੰਮਲ ਕਰਕੇ ਫਿਰ ਉਹਦਾ ਜਨਾਬ ਮੁੱਲ ਜਿਹੜਾ ਨਾ ਇਹ ਪੁੱਛ ਲੈਣੇ ਲੋ ਜੀ ਅੱਗੇ ਆ ਕੇ ਜੀ ਮਾਂ ਜਿਹੜੀ ਹੈ ਨਾ ਨੰਬਰ ਦੋ ਦੇ ਲੈਣੇ ਦੇਣੇ ਨਸੀਬ ਨੇ ਜਨਾਬ ਇੱਕ ਪਾਸੇ ਮੱਝ ਹੋਵੇਗੀ ਔਰ ਇੱਕ ਪਾਸੇ ਲਿਬਾਸ ਹੋਵੇਗਾ ਭਾਈ ਸਾਹਿਬ ਮੈਂ ਗੱਲਾਂ ਚੋਖੀਆਂ ਕੋਈ ਕਰਨੀਆਂ ਮੇਰੀਆਂ ਮੱਝਾਂ ਪਈਆਂ ਕਰਾਉਣੀਆਂ ਵੈਰੀ ਗੁੱਡ ਜਨਾਬ ਦੇਖੋ ਜੀ ਬੰਦੇ ਦੀ ਮਿਹਨਤ ਇਹ ਪਹਿਚਾਨ ਦੀ ਨਜ਼ਰ ਆਉਂਦੀ ਹੈ ਔਰ ਮਿਹਨਤ ਜਿਹੜੀ ਜਨਾਬ ਨੇ ਕੀਤੀ ਹੈ ਨਾ ਜਿੱਦੀ ਆਪ ਹੈ ਉੱਡੇ ਜਿਹੜਾ ਨਾ ਮਾਸ਼ਾਅੱਲਾ ਜਨਾਬ ਮੱਝੀ ਕੋਲੇ ਲਿਬਾਸ ਹੈ ਸਾਰਾ ਸਿਸਟਮ ਦਾ ਮੈਂ ਪਟੇ ਵੀ ਰੱਜ ਨੇ ਚੁੜੀਆਂ ਵੀ ਰੱਜ ਨੇ ਡੇਰਾ ਅੱਲਾ ਦਾ ਸ਼ੁਕਰ ਹੈ ਇਕੱਠੀਆਂ ਕਰਨੀਆਂ ਹਨ ਵੀ ਸ਼ਾਮਾਂ ਨੂੰ ਕਰ ਲੈਣੀਆਂ ਠੀਕ ਹੈ ਲੱਭ ਜਾਣੀਆਂ ਨੇ ਜੀ ਬਿਲਕੁਲ ਦੋ ਮੱਝਾਂ ਦਾ ਸ਼ੌਕ ਰਾਜਦਾ ਲੱਭ ਕੇ ਲੱਭ ਜਾਣ ਤੁਹਾਨੂੰ ਫੋਨ ਕਰੀਦਾ ਭਾਜੀ ਆ ਜੋ ਨਗੀਨੇ ਬੋਲਿਆ ਵੈਰੀ ਗੁੱਡ ਜਨਾਬ ਔਰ ਅਸੀਂ ਹਾਜ਼ਰ ਹੋ ਜਾਂਦੇ ਔਰ ਭਰਾਵਾਂ ਨੂੰ ਤਕਾਈ ਦੀਆਂ ਨੇ ਫਿਰ ਜਿਹੜੇ ਜਿਹੜੇ ਭਰਾ ਦੇ ਨਸੀਬ ਵਿੱਚ ਹੁੰਦੀ ਹੈ ਨਾ ਉਹਨਾਂ ਜਨਾਬ ਮੱਝਾਂ ਲੈ ਜਾਣੀਆਂ ਨੇ ਲੋ ਜੀ ਮਾਝ ਨੰਬਰ ਜਿਹੜੀ ਇਹਨਾਂ ਦੀ ਦੋ ਪਈ ਜਾਂਦੇ ਮਾਸ਼ਾਅੱਲਾ ਜਨਾਬ ਦੂਜਣ ਝੋਟੀ ਔਰ ਫਿਰ ਟੋਰ ਲਿਬਾਸ ਥਣ ਔਰ ਵਜੂਦ ਜਿਹੜਾ ਨਾ ਇਸ ਝੋਟੀ ਦਾ ਵੀ ਜਨਾਬ ਭਰਾਵਾਂ ਨੇ ਚੈੱਕ ਕਰਨਾ ਤੇ ਪਈ ਜਾਂਦੀ ਬੱਚਾ ਕਿਸ ਮਗਰ ਇਹਦੇ ਮਗਰ ਚੌੜਾਈ ਲੰਬਾਈ ਔਰ ਥਣ ਜਿਹੜਾ ਨਾ ਇਹ ਝੋਟੀ ਦਾ ਜਨਾਬ ਭਰਾਵਾਂ ਨੇ ਚੈੱਕ ਕਰਨਾ ਚੰਗੀਆਂ ਵਾਲੀ ਨਿਸ਼ਾਨੀ ਦੋਵਾਂ ਪਾਸੇ ਇਸ ਝੋਟੀ ਦੇ ਵੀ ਜਨਾਬ ਲਿਬਾਸ ਦੇ ਵਿੱਚ ਝੋਟੀ ਦੇ ਜਿਹੜਾ ਨਾ ਇਹ ਮਾਸ਼ਾਅੱਲਾ ਜਨਾਬ ਮੌਜੂਦ ਹੈ ਮਗਰ ਇਹਦੇ ਜਨਾਬ ਕੱਟੀ ਹੈ ਔਰ ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹ 16 ਤੋਂ 17 ਦਿਨਾਂ ਦੀ ਸੂਈ ਜੇ ਠੀਕ ਹੈ ਇਹ ਵੀ ਦੁੱਧ ਲੱਗ ਗਈ ਹੈ ਝੋਟੀ ਪਰਸੋਂ ਦਾ ਮੈਲਾ ਪਾਇਆ ਸੀ ਅੱਜ ਸਾਫ਼ ਕੀਤੀ ਹੋਣੀ ਲੱਗੇ ਜਾਣਾ ਮੈਲਾ ਵੈਰੀ ਗੁੱਡ ਜਨਾਬ ਬੋਲੋ ਜੀ ਇਹ ਵੀ ਮੈਲਾ ਸ਼ੇੜਾ ਫਟ ਗਈ ਹੈ ਫਟ ਬੈਠੀ ਦੁੱਧ ਤੇ ਲੱਗ ਗਈ ਹੈ ਦੁੱਧ ਠੱਗ ਗਈ ਵੈਰੀ ਗੁੱਡ ਜਨਾਬ ਸੂਵੇ ਤਰਾਵੇ ਜਿਹੜੇ ਨੇ ਨਾ ਇਹਦੇ ਵੀ ਜਨਾਬ ਮੁਕੰਮਲ ਨੇ ਫਿਰ ਇਹਦੇ ਮਗਰ ਵੀ ਜਨਾਬ ਕੱਟੀ ਹੈ ਔਰ ਪਈ ਚਾਹੁੰਦੀ ਕੀ ਕੁ ਦੁੱਧ ਇਸ ਟਾਈਮ ਇਹਦੇ ਕੋਲ ਮੌਜੂਦ ਹੈ ਭਾਈ ਸ਼ਾਨ ਜਿਹੜੀ ਮਸ਼ਕ ਨਾ ਮਾਈ ਥੱਲੇ ਜੀ 20 ਸਿਰ ਵੀ ਆਖੀ ਹੈ ਨਾ ਠੀਕ ਹੈ ਮਾਈ ਦਾ ਮੂੰਹ ਤੋਂ ਪੈਂਦਾ ਲੇਕਿਨ ਜਿਹੜਾ ਪੂਰਾ ਕਰਾਉਣਾ ਹੈ ਪੂਰਾ ਕਰਾਉਣਾ ਹੈ 15 ਸਿਰ ਸਾਰੇ ਮਾਈ ਥੱਲੇ ਪੂਰਾ ਕਰਾ ਦੇਵਾਂਗੇ ਠੀਕ ਹੈ ਜਿੱਥੋਂ ਮਰਜ਼ੀ ਕੋਈ ਭਰਾ ਲਗਾ ਆਵੇ ਜੀ ਝੋਟੀ ਦੁੱਧ ਪੂਰਾ ਕਰੇ 15 ਵੈਰੀ ਗੁੱਡ ਜਨਾਬ ਲੋ ਜੀ ਸਾਰੀ ਝੋਟੀ ਕੁੰਜ ਕੇ ਝੋ ਲੈਣੀ ਹੈ ਦੋਵੇਂ ਟਾਈਮ ਔਰ 15 ਲੀਟਰ ਜਿਹੜਾ ਨਾ ਇਸ ਝੋਟੀ ਕੋਲੇ ਜਨਾਬ ਹਾਜ਼ਰ ਮੌਕਿਆ ਦੁੱਧ ਮੌਜੂਦ ਹੈ ਮਗਰ ਇਹਦੇ ਜਨਾਬ ਕੱਟੀ ਹੈ ਮੁਕੰਮਲ ਝੋਟੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਜਨਾਬ ਬਲਾਲ ਨੇ ਤਕਾ ਛੜੀ ਹੈ ਕਿਹੜਾ ਲਿਬਾਸ ਥਣ ਲਿਬਾਸ ਦੀ ਚੜਾਈ ਲਕੀਰ ਵਾਲਾ ਲਿਬਾਸ ਰੱਖ ਦਈਏ ਲੱਤ ਭਰੀ ਕੇ ਖੁਰ ਕੋਲ ਲੈਣੇ ਭਾਈ ਸ਼ਾਨ ਭਾਈ ਬਲਾਲ ਨੂੰ ਰੱਖੋ ਤੇਰਾ ਮੱਝ ਦੀ ਚਵਾਈ ਹੋ ਗਈ ਹੈ ਪਿਛਲੀ ਗਾੜੀ ਹਜੇ ਮੁਕੰਮਲ ਨਹੀਂ ਹੋਈ ਬਾਲਟੀ ਕੱਢ ਛੜੀ ਹੈ ਇਹ ਪਛਾੜੀ ਜਿਹੜੀ ਜਿਹੜੀ ਉਹ ਬਹਾਦ ਮਾਸ਼ਾਅੱਲਾ ਜਨਾਬ ਇੱਕ ਬਾਲਟੀ ਫੁੱਲ ਹੋ ਗਈ ਹੈ ਤੇ ਬਾਲਟੀ ਭਾਈ ਜਾਨ ਨੇੜੇ ਹੋ ਗਵਾ ਹੋ ਜਾਂ ਕਿ ਦੂਜੀਆਂ ਬਾਲਟੀਆਂ ਨੇ 4-5 ਕਿਲੋ 10.5 ਕਿਲੋ ਦੁੱਧ ਤੋਲ ਕੇ ਤੂੰ ਮਿਣ ਕੇ ਭਾਈ ਪਾ ਲੈ ਬਾਲਟੀ ਠੰਡਾ ਕਰਕੇ ਮਾਸ਼ਾਅੱਲਾ 10.5 ਸਿਰ ਦੀ ਬਾਲਟੀ ਹੈ ਉਹ ਡੱਬਾ ਪਏ ਆ ਜਿਹੜਾ ਭਾਈ ਮਗਰੇ ਆ ਕੇ ਬਾਲਟੀ ਪਹਿਲਾਂ ਮਿਲ ਲੈ ਔਰ ਫਿਰ ਝੋਟੀ ਦੀਆਂ ਸਾਲਤਾਂ ਬਲਾਲ ਇੱਕ ਵਾਰੀ ਵਹਾਣਾ ਹੈ ਝੋਟੀ ਕਿਵੇਂ ਗੱਲੀ ਪਈ ਹੈ ਗੱਲੀ ਜੀ ਮਿਲੇ ਜੀ ਮਾਸ਼ਾਅੱਲਾ ਜਨਾਬ ਝੋਟੀ ਪਈ ਹੈ ਲੋ ਜੀ ਇਹ ਚਾੜੀ ਮੁਕੰਮਲ ਨਹੀਂ ਹੋਈ ਗਾੜੀ ਵਿੱਚ ਜਨਾਬ ਦੁੱਧ ਆਈਏ ਬਾਕੀ ਹੈ ਜਿਹੜਾ ਨਾ ਆਜੂ ਵੀ ਬਲਾਲ ਬੋਲ ਜਿਹੜਾ ਨਾ ਲਾਲੇ ਦੀ ਜਾਨ ਪੋਲੈਂਡ ਫਾਈਨਲ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਹੈ ਭਾਈ ਸ਼ਾਨ ਲੰਮੇ ਮੁੱਲ ਅਸਾਂ ਕੋਈ ਨੀ ਕਰਨੇ ਜੀ
ਅੱਜ ਮੈਂ ਤੁਹਾਡੇ ਫੈਸਲਾ ਸਾੜ ਸਕਦਾ, ਤੁਸੀਂ ਕਰ ਦੋ। ਮੈਂ ਨਾ ਤੁਸਾਂ ਬਿਸਮਿਲ੍ਲਾ ਪੜ੍ਹਨੀ ਹੈ ਤਾਂ ਨਾਂ ਰੱਖਣਾ ਤੇ ਦਾਤ ਮਾਸ਼ਾਅੱਲਾ ਮੈਂ ਵੀ ਕਵਾਂਗਾ ਤੇ ਇਨਸ਼ਾਅੱਲਾ ਜਨਾਬ ਫੁੱਲ ਐਂਡ ਫਾਈਨਲ ਕਿੰਨੇ ਦੇ ਜਨਾਬ ਨੇ ਝੋਟੀ ਦੇ ਸਕਣੀ ਭਾਈ ਸ਼ਾਨ? ਮੱਝ ਤਾਂ ਮੇਰੀ ਆਉਂਦੀ ਹੈ ਮੁੱਲ ਲਾਮੜਾ 10 ਲੱਖ। ਠੀਕ ਹੈ, ਤੇ 10 ਲੱਖ ਹੀ ਮੱਝ ਦਾ ਮੁੱਲ ਕੋਈ ਨਹੀਂ, ਪੈਸਾ ਨਾਲ ਨਹੀਂ ਲੱਭਦੀਆਂ। ਠੀਕ ਹੋ ਗਿਆ ਜਨਾਬ, ਇਹ ਨਸੀਬਾਂ ਨਾਲ ਲੱਭਦੀਆਂ ਨੇ। ਭਰਾ ਕਿਸੇ ਨੂੰ ਤੋਹਫਾ ਹੀ ਦੇਣਾ, ਅਸਾਂ ਵੀ ਤੁਹਾਨੂੰ ਕਿਸੇ ਤੋਹਫੇ ਭਰਾ ਦਿੱਤੇ ਆ। ਠੀਕ ਹੋ ਗਿਆ, ਅਸਾਂ ਕੋਈ ਤੋਹਫਾ ਦੇ ਸਕਦਾ? ਵੈਰੀ ਗੁੱਡ। ਜਿਹੜੇ ਮੇਰੇ ਭਰਾ ਨੂੰ ਚੰਗੀ ਲੱਗੇ ਨਾ ਮੱਝ ਜੀ, 5 ਲੱਖ ਤੇ 15 ਹਜ਼ਾਰ ਚ ਦੇ ਸਕਦਾ। ਜਾ ਰਾਜ਼ੀ ਆ ਤੇਰੇ ਤੋਂ, ਜਿਸ ਭਰਾ ਨੂੰ ਪਸੰਦ ਆਵੇ 5 ਲੱਖ ਤੇ 15 ਦਾ ਆਏ ਦੀ ਕਦਰ ਹੋਵੇਗੀ ਨਾ ਇਨਸ਼ਾਅੱਲਾ। ਮੈਂ ਜ਼ਰੂਰ ਭਾਈ ਸ਼ਾਨ ਉਹ ਫਿਰ ਤੁਹਾਨੂੰ ਆਣਾ ਜ਼ਰੂਰ। ਵੈਰੀ ਗੁੱਡ ਜਨਾਬ, ਆਏ ਦੀ ਕਦਰ ਔਰ ਪਿਆਰ ਮੁਹੱਬਤ ਜਿਹੜਾ ਹੈ ਨਾ ਇਹ ਜ਼ਰੂਰ ਹੋਵੇਗਾ ਜਨਾਬ, ਜਿੱਥੋਂ ਵੀ ਕੋਈ ਭਰਾ ਆਵੇ। ਲਓ ਜੀ, 1 ਨੰਬਰ ਜਨਾਬ ਹੋ ਗਈ ਹੈ ਮੁਕੰਮਲ, ਮੁੱਲ ਇਹਦਾ ਲੱਗ ਗਿਆ। ਸਾਰੀ ਚੌਕ ਤੇ ਜਿਹੜਾ ਭਾਈ ਸਾਹਿਬ ਜੀ ਉੱਥੇ ਚੱਲੇ ਆ ਨਾ ਹੁਣ ਜਨਾਬ, ਮਗਰ ਇਹਦੀ ਕੱਟੀ ਵੀ ਬੁਲਾ ਲਓ ਵਹਾ ਯਾਰ ਨਾਲ ਹੀ ਜਿਹੜਾ ਹੈ ਨਾ, ਕਿਉਂਕਿ ਇਹ ਤਾਂ ਮਗਰ ਜਨਾਬ ਕੱਟੀ ਹੈ ਜਿਹੜਾ। ਲਓ ਜੀ, ਹੁਣ ਉੱਥੇ ਬੁਲਾ ਲਓ ਟੁੱਟ ਜਾਣਾ ਕੈਮਰਾ ਲੈ ਕੇ ਜਿਹੜਾ ਨਾ ਝੋਟੀ ਦੀ ਪਛਾੜੀ ਦੀ ਚਵਾਈ ਇਹ ਮੁਕੰਮਲ ਹੋ ਗਈ ਹੈ। 1 ਬਾਲਟੀ ਜਿਹੜੀ ਹੈ ਨਾ ਇਹ ਫੁੱਲ ਹੋ ਗਈ ਹੈ ਜਨਾਬ, ਔਰ ਦੂਸਰੀ ਬਾਲਟੀ ਜਿਹੜਾ ਨਾ ਇਹ ਜਨਾਬ ਪਛਾੜੀ ਦੇ ਵਿੱਚੋਂ ਮਾਸ਼ਾਅੱਲਾ ਜਨਾਬ ਝੋਟੀ ਨੇ ਕੱਢੀ ਹੈ। ਤੇ ਆਈਏ ਗਾੜੀ ਜਿਹੜਾ ਨਾ ਇਹ ਝੋਟੀ ਦੀ ਜਨਾਬ ਬਾਕੀ ਹੈ, ਉਹਦੇ ਜੋ ਵੀ ਜਨਾਬ ਇਨਸ਼ਾਅੱਲਾ ਚਵਾਈ ਕਰਾ ਕੇ ਭਰਾਵਾਂ ਨੂੰ ਤਕਾਨੇ ਡਰੰਮ ਹੀ ਲਿਆਓ ਜੀ, ਇੱਥੇ ਨੇੜੇ ਰੱਖੋ ਜਨਾਬ। ਉਹ ਬਾਲਟੀ ਜਿਹੜੀ ਹੈ ਨਾ ਉਹ ਲੁੱਟ ਲੈਣੀ ਹੈ ਜਨਾਬ ਡਰੰਮੀ ਦੇ ਵਿੱਚ। ਲੋ ਜੀ ਭਾਈ ਚੰਦੀ, ਚਵਾਈ ਵਿੱਚ ਝੋਟੀ ਲੱਗੀ ਹੈ ਜੀ ਜੀ। ਹਾਂ ਸਰ, ਜਿਹੜਾ ਨਾ ਕਿਸੇ ਵੀ ਭਰਾ ਨੂੰ ਸਵੇਰੇ ਸ਼ਾਮੀ ਜਿੱਥੋਂ ਵੀ ਕੋਈ ਆਵੇ ਜਿਹੜੀ ਦੁੱਧ ਦੀ ਤਸੱਲੀ ਦੇਣੀ ਹੈ। ਕਿੰਨਾ ਕੁ ਦੁੱਧ ਝੋਟੀ ਕੋਲੇ ਜਿਹੜਾ ਭਾਈ ਸ਼ਾਨ? ਸਾਰੀ ਮਾਈ ਥੱਲੇ 1500 ਦੀ ਤਸੱਲੀ ਹੈ ਸਾਰੀ ਕੋਲੇ, ਸਾਰੀ ਕੋਲੇ। ਵੈਰੀ ਗੁੱਡ ਜਨਾਬ, 10 ਦਿਨ ਜੋਵੇ, 1 ਦਿਨ ਜੋਵੇ, ਆਪਣੇ ਘਰ ਲਾ ਕੇ ਜੋਵੇ। ਠੀਕ ਹੋ ਗਿਆ ਜਨਾਬ, ਤੁਹਾਡੇ ਅਕਾਊਂਟ ਵਿੱਚ ਪੈਸੇ ਕਰਾ ਦੇ, ਮਾਈ ਨੇ 15 ਕਿਲੋ ਦੁੱਧ ਦਿੱਤਾ, ਤੁਸੀਂ ਮੈਨੂੰ ਟ੍ਰਾਂਸਫਰ ਕਰ ਦੇ, ਨਹੀਂ ਤਾਂ ਤੁਸੀਂ ਰੱਖ ਦੇ, ਮੈਂ ਤੁਹਾਡੀ ਗੱਡੀ ਪਾਲਸੀ ਨਾਲ ਕਰ ਦੇ। ਵੈਰੀ ਗੁੱਡ ਜਨਾਬ, ਜੀ 15 ਕਿਲੋ ਸਾਰੀ ਝੋਟੀ ਕੋਲੇ ਹਾਜ਼ਰ ਹੋ ਗਿਆ ਜਨਾਬ, ਦੁੱਧ ਮੌਜੂਦ ਹੈ। ਵੰਡਾ ਕੋ ਖਾਲ ਸ਼ੁਰੂ ਕੀਤੀ ਹੈ ਇਹਨੂੰ ਭਾਜੀ? ਮਾ ਸਾਫ ਹੋ ਗਈ ਹੈ, ਹੁਣ ਵੰਡਾ ਸ਼ੁਰੂ ਕੀਤੇ ਆ ਕਿ ਦੁੱਧ ਸਿਰ ਖਾਲ ਪਾਣੇ। ਠੀਕ ਹੋ ਗਿਆ ਜੀ, ਫਿਰ ਖਾਲ ਪਾਣੇ, ਖਾਲ ਪਾਣੇ ਆ ਕੋਈ। ਵੈਰੀ ਗੁੱਡ ਜਨਾਬ, ਔਰ ਖਾਲ ਤੇ ਤੇ ਪੱਠਿਆਂ ਦੇ ਜਿਹੜਾ ਪੱਠਿਆਂ ਦਾ ਪੱਠਿਆਂ, ਮਾਸ਼ਾਅੱਲਾ ਜਨਾਬ ਝੋਟੀ ਕੋਲੇ 15 ਲੀਟਰ ਜਿਹੜਾ ਹੈ ਨਾ ਇਹ ਦੁੱਧ ਹਾਜ਼ਰ ਮੌਜੂਦ ਹੈ। ਲੋ ਜੀ, 15 ਲੀਟਰ ਜਿੱਥੋਂ ਵੀ ਕੋਈ ਭਰਾ ਹੋਵੇ ਜਨਾਬ, 2-3-4 ਟੈਮ ਬਿਲਕੁਲ ਆਕਾਸ਼ ਆ ਕੇ ਆਪਣੀ ਜਨਾਬ ਦੁੱਧ ਦੀ ਤਸੱਲੀ ਕਰੇ। ਦੁੱਧ ਪੂਰਾ ਹੋਵੇ ਤਾਂ ਭਾਈ ਚਾਂਦੀ ਦਾ ਵੀ ਐਲਾਨ ਹੈ ਕਿ ਝੋਟੀ ਜਿਹੜੀ ਹੈ ਨਾ ਇਹ ਜਨਾਬ ਲੈ ਜਾਣੀ ਹੈ। ਔਰ ਮਾਸ਼ਾਅੱਲਾ ਜਨਾਬ ਚਵਾਈ ਗਾੜੀ ਦੀ ਵੀ ਇਹ ਭਰਾਵਾਂ ਨੇ ਚੈੱਕ ਕਰਨੀ। ਲੋ ਜੀ ਭਾਈ ਚਾਂਦੀ, ਹੁਣ ਬਿਸਮਿਲ੍ਲਾ ਪੜ੍ਹਨੀ ਹੈ ਜਨਾਬ, ਕਿਸੇ ਭਰਾ ਨੂੰ ਪਸੰਦ ਆਵੇ ਝੋਟੀ ਜਿਹੜੀ ਹੈ ਨਾ ਫੁੱਲ ਐਂਡ ਫਾਈਨਲ ਜਹਾਜ ਰੋਜ਼ੀ ਰੱਖ ਕੇ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਹੈ? ਭਾਈ ਸ਼ਾਨ, ਕੋਈ ਮੁੱਲ ਚੋਖਾ ਨਹੀਂ ਕਰਨਾ ਜੀ, ਸਾਰੀਆਂ ਹਾਲਤਾਂ ਤੁਸੀਂ ਵੇਖ ਲਈਆਂ ਨੇ। ਠੀਕ ਹੈ, ਕਿਸੇ ਪਾਸੋਂ ਨਹੀਂ ਖੁੰਜੀ ਜੀ, ਮੱਝ ਮੇਰੀ ਉੱਥੇ ਵੱਖਰਾ ਜਾਣਾ ਕੀ ਨਾ ਹੋਵੇਗਾ ਵੱਖਰੀ ਜੀ, ਤੇ ਭਰਾਵਾਂ ਨੂੰ ਤੋਹਫਾ ਕਰਕੇ ਦੇ ਛੜਨਾ ਜਿਹੜੇ ਭਰਾ ਨੂੰ ਚੰਗੀ ਘੁੱਟ ਕੇ ਪਸੰਦ ਆ ਗਈ ਨਾ ਜੀ, 5,65,000 ਦੀ ਝੋਟੀ ਦੇ ਦੇਣਾ। ਜਾ ਰਾਜ਼ੀ ਆ ਤੇਰੇ ਤੋਂ, ਜਿਸ ਭਰਾ ਨੂੰ ਪਸੰਦ ਆਵੇ 5,65,000। ਲੋ ਜੀ, 5,15,000 ਔਰ 5,65,000 ਝੋਟੀ ਨੰਬਰ ਜਿਹੜੀ ਹੈ 1 ਜਨਾਬ ਦੂਜਣ ਦੁੱਧ ਚਵਾਈ ਥਣ ਮੁੱਲ ਹਾਈਟ ਵੇਲ ਸਾਲਤਾ ਸ਼ਰਾਫਤਾ ਸਾਰੀਆਂ ਜਿਹੜੀਆਂ ਨੇ ਨਾ ਇਹ ਮੱਦੇਨਜ਼ਰ ਰੱਖਣੀਆਂ ਨੇ। ਤੇ ਜਨਾਬ ਮੁੱਲ ਵੀ ਪਸੰਦ ਆਵੇ ਔਰ ਮਾਲ ਵੀ ਪਸੰਦ ਆਵੇ ਇਨਸ਼ਾਅੱਲਾ ਜਨਾਬ, ਤੇ ਰਾਬਤਾ ਇਹ ਭਾਈ ਚਾਂਦੀ ਨਾਲ ਜਨਾਬ ਕਰ ਲੈਣਾ। ਤੇ ਬੱਚੇ ਵੱਧ ਦੁੱਧ ਜਿਹੜਾ ਹੈ ਨਾ ਇਹ ਬਹੁ ਜੀ ਛੱਡ ਦੇਣਾ ਜਿਹੜਾ ਹੈ ਨਾ ਬਾਕੀ ਜਿਹੜਾ ਨਾ ਤਾਂ ਕਿ ਬੱਚੇ ਵੱਧ ਦੁੱਧ ਛੱਡਣਾ ਥੱਲੇ। ਲੋ ਜੀ, 5,65,000 ਰੁਪਇਆ ਡਿਮਾਂਡ ਤੇ ਆਏ ਬੰਦੇ ਦੀ ਕਦਰ ਪਿਆਰ ਮੁਹੱਬਤ ਇਹ ਜ਼ਰੂਰ ਹੋਵੇਗਾ। ਲੋਕੇਸ਼ਨ ਇੱਕ ਵਾਰੀ ਫਿਰ ਦੁਹਰਾ ਦਿੰਦਾ ਕਿ ਜ਼ਿਲ੍ਹਾ ਤਹਿਸੀਲ
ਇਹ ਵਜ਼ੀਰਾਬਾਦ ਹੈ ਔਰ ਸੋਧਰਾ ਸਟਾਪ ਔਰ ਡੇਰਾ ਜਨਾਬ ਫਲਾਈ ਵਾਲਾ ਇਹਨਾਂ ਦੀ ਜਨਾਬ ਲੋਕੇਸ਼ਨ ਮਜੀਦ ਨੰਬਰ ਇਹ ਸਕਰੀਨ ਤੇ ਲੱਗ ਜਾਣਾ ਜਨਾਬ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਨ ਕਰ ਲੈਣਾ ਲੋ ਜੀ ਭਾਈ ਜਾਂਦੇ ਇਜਾਜ਼ਤ ਲਈਏ ਭਰਾਵਾਂ ਕੋਲ ਚਵਾਈ ਮੁਕੰਮਲ ਹੋ ਗਈ ਜੀ ਠੀਕ ਭਾਈ ਲੋ ਜੀ ਇਸੇ ਵੀਡੀਓ ਦੇ ਨਾਲ ਜਨਾਬ ਇਜਾਜ਼ਤ ਜੀ ਬਿਲਕੁਲ ਜਨਾਬ ਗਾੜੀ ਚ ਵੀ ਦੁੱਧ ਚੰਗਾ ਮਾਸ਼ਾਅੱਲਾ ਗਾੜੀ ਵੀ ਤਗੜੀ ਜਿਹੜਾ ਨਾ ਜਿੰਦਾਬਾਦ।